कर देने जो भी मंगा मैनु सरकार अता कर देने हार इज्जतां दा सदा ओ नाद जल विचरणा हार इज्जतां दा सदा ओ नाद जल विचरणा ਉਹਨਾਂ ਖੁਸ਼ਬਖਤਾਂ ਦਾ ਨਾ ਮਰ ਕੇ ਵੀ ਜ਼ਿੰਦਾ ਰਹਿਣਾ ਜਿਹੜੇ ਆਕਾ ਦੀ ਸਨਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਨੇ ਜੋ ਵੀ ਮੰਗਾ ਮੈਨੂੰ ਸਰਕਾਰ ਅਤਾ ਕਰਦੇ ਨੇ ਆਪਣੇ ਮੰਗਤੇ ਨਾਲ ਪਿਆਰਾ ਦਾ ਬੜਾ ਕਰਦੇ ਨੇ ਜੋ ਵੀ ਮੰਗਦਾ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਦੋਸਤੋ ਬਜ਼ੁਰਗੋ ਨਾਜ਼ਰੀਨ ਤੁਹਾਡੇ ਸਾਹਮਣੇ ਮੈਂ ਅਗਲੀ ਵੀਡੀਓ ਦੇ ਨਾਲ ਹਾਜ਼ਰ ਹਾਂ ਇਹ ਤੁਸੀਂ ਦੇਖ ਰਹੇ ਹੋ ਇਹ ਤੁਹਾਡੇ ਸਾਹਮਣੇ ਇੱਕ ਜਿਹੜੀ ਕਿ ਐਟਮ ਪੇਸ਼ ਕਰ ਰਹੇ ਹਾਂ ਇਹ ਐਟਮ ਵੀ ਹੈ ਇੱਕ ਇੰਝ ਸਮਝ ਲਓ ਗਿਫਟ ਵੀ ਹੈ ਅਤੇ ਇਹ ਹਰਬਲ ਮੈਡੀਸਨ ਦੀ ਇੱਕ ਬਹੁਤ ਹੀ ਅੱਛੀ ਚੀਜ਼ ਹੈ ਜਿਹਨੂੰ ਆਮ ਜ਼ਬਾਨ ਦੇ ਵਿੱਚ ਸਿਪ ਵੀ ਕਿਹਾ ਜਾਂਦਾ ਹੈ ਔਰ ਲੇਕਿਨ ਅਸਲ ਵਿੱਚ ਇਹ ਹੈ ਮਰਵਾਰੀ ਦੀ ਸਦਫ ਯਾਨੀ ਕਿ ਸਦਫ ਮਰਵਾਰੀ ਦੀ ਚੀਜ਼ ਹੈ ਔਰ ਇਹ ਉਹ ਚੀਜ਼ ਸਦਫ ਮਰਵਾਰੀ ਇਹਨੂੰ ਇਸ ਵਜ੍ਹਾ ਤੋਂ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਸੁੱਚੇ ਮੋਤੀ ਹੁੰਦੇ ਨੇ ਉਹ ਇਸ ਦੇ ਅੰਦਰ ਪੈਦਾ ਹੁੰਦੇ ਨੇ ਕੁਦਰਤ ਇਲਾਹੀ ਦੇ ਨਾਲ ਹੀ ਉਹ ਇਸ ਦੇ ਅੰਦਰ ਪੈਦਾ ਹੁੰਦੇ ਨੇ ਇਸ ਵਜ੍ਹਾ ਤੋਂ ਇਹਨੂੰ ਸਦਫ ਮਰਵਾਰੀ ਕਿਹਾ ਜਾਂਦਾ ਹੈ ਜਿਹੜੇ ਇੱਕ ਅਰਬੀ ਜ਼ਬਾਨ ਦੇ ਵਿੱਚ ਉਹਨਾਂ ਨੂੰ ਲੋਲੋ ਕਿਹਾ ਜਾਂਦਾ ਹੈ ਮੋਤੀਆਂ ਨੂੰ ਯਾਨੀ ਕਿ ਉਹ ਲੋਲੋ ਇਸ ਦੇ ਅੰਦਰ ਪੈਦਾ ਹੁੰਦੇ ਨੇ ਉਹ ਇੱਦਾਂ ਕਲਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਬਰਦਸਤ ਬਹੁਤ ਖੂਬਸੂਰਤ ਚਮਕਦਾਰ ਇਸਦਾ ਕਲਰ ਹੈ ਬੜੀ ਹੀ ਅੱਛੀ ਤੇ ਇਹਦੀ ਯਾਨੀ ਕਿ ਦੇਖਣ ਦੇ ਵਿੱਚ ਵੀ ਇਹ ਬੜੀ ਖੂਬਸੂਰਤ ਲੱਗਦੀ ਹੈ ਯਾਨੀ ਕਿ ਬਹੁਤ ਸ਼ਾਨਦਾਰ ਕਲਰ ਇਹਦਾ ਲੱਗਦਾ ਹੈ ਬਲਕਿ ਲੱਗਦਾ ਨਹੀਂ ਕਿ ਹੈ ਵੇ ਚਮਕਦਾਰ ਹੈ ਔਰ ਇਹਦੀ ਤਸਵੀਰ ਜਿਹੜੀ ਇਹਦਾ ਕੁਸ਼ਤਾ ਬਣਾਇਆ ਜਾਂਦਾ ਹੈ ਔਰ ਇਹਦੀ ਤਸਵੀਰ ਜਿਹੜੀ ਹੈ ਉਹ ਠੰਡੀ ਅਤੇ ਖੁਸ਼ਕ ਹੁੰਦੀ ਹੈ ਅਤੇ ਉਹ ਕੁਸ਼ਤਾ ਜਿਹੜਾ ਇਸਦਾ ਬਣਾ ਕੇ ਉਹਦਾ ਇਸਤੇਮਾਲ ਜਿਹੜਾ ਉਹ ਇੱਕ ਮਾਸ਼ਾ ਮੱਖਣ ਦੇ ਵਿੱਚ ਵੀ ਖਾਇਆ ਜਾ ਸਕਦਾ ਹੈ ਦੁੱਧ ਨਾਲ ਵੀ ਖਾਇਆ ਜਾ ਸਕਦਾ ਹੈ ਔਰ ਉਹ ਦਹੀਂ ਦੇ ਨਾਲ ਵੀ ਖਾਇਆ ਜਾ ਸਕਦਾ ਹੈ ਔਰ ਉਸਦੇ ਫਾਇਦੇ ਜਿਹੜੇ ਨੇ ਬਹੁਤ ਹੀ ਜ਼ਿਆਦਾ ਨੇ ਯਾਨੀ ਕਿ ਲੇਡੀਜ਼ ਔਰ ਜੈਂਟਸ ਵਾਸਤੇ ਦੋਨਾਂ ਵਾਸਤੇ ਬਹੁਤ ਮੁਫੀਦ ਨੇ ਲੇਕਿਨ ਲੇਡੀਜ਼ ਵਾਸਤੇ ਜ਼ਿਆਦਾ ਬਿਹਤਰ ਨੇ ਯਾਨੀ ਕਿ ਮਰਵਾਰੀ ਅਤੇ ਇਹਦੇ ਅੰਦਰੋਂ ਇਹ ਜਿਹੜਾ ਅਗਰ ਇਹਨੂੰ ਖੁਰਚ ਕੇ ਇਹਦੇ ਇਹ ਬੈਕ ਸਾਈਡ ਤੋਂ ਸਾਰਾ ਇਹ ਗੰਦ ਸਾਫ਼ ਕਰਕੇ ਬਿਲਕੁਲ ਇਹ ਜਿਹੜਾ ਇਸ ਦੇ ਥੱਲਿਓਂ ਵੀ ਇਹ ਇਸੇ ਤਰ੍ਹਾਂ ਦੇਖ ਲਓ ਇਹ ਜਿਸ ਤਰ੍ਹਾਂ ਨਿਕਲਿਆ ਹੋਇਆ ਬਿਲਕੁਲ ਸਾਫ਼ ਨਿਕਲਾਏਗਾ ਔਰ ਇਸ ਨੂੰ ਅਗਰ ਖੈਰ ਉਨੀ ਤਾਕਤ ਇਹ ਨਹੀਂ ਰੱਖਦਾ ਕਿ ਜਿੰਨੇ ਮੋਤੀ ਰੱਖਦੇ ਨੇ ਲੇਕਿਨ ਮੋਤੀਆਂ ਤੋਂ ਦੂਸਰੇ ਦਰਜੇ ਦੇ ਵਿੱਚ ਇਹ ਤਾਕਤ ਰੱਖਦਾ ਕੁਛ ਤਾਂ ਮੋਤੀ ਦੀ ਮੋਤੀਆਂ ਦੀ ਤਾਕਤ ਰੱਖਦਾ ਹੈ ਔਰ ਇਹ ਇਹਦਾ ਇਸਤੇਮਾਲ ਜਿਹੜਾ ਹੈ ਕਿ ਅਗਰ ਲੇਡੀਜ਼ ਹਜ਼ਰਾਤ ਨੂੰ ਬਲੀਡਿੰਗ ਜ਼ਿਆਦਾ ਹੁੰਦੀ ਹੋਵੇ ਤਾਂ ਉਸਦੇ ਇਸਦੇ ਇਸਤੇਮਾਲ ਦੇ ਨਾਲ ਉਸਦੀ ਉਹ ਅਲਾਮਤ ਜਿਹੜੀ ਹੈ ਉਹ ਵੀ ਠੀਕ ਹੋ ਜਾਂਦੀ ਹੈ ਔਰ ਇਸ ਤੋਂ ਇਲਾਵਾ ਅਗਰ ਥੁੱਕ ਦੇ ਨਾਲ ਯਾਨੀ ਕਿ ਗਲੇ 'ਚੋਂ ਖੂਨ ਆਉਂਦਾ ਹੋਵੇ ਅਤੇ ਇਸਦਾ ਇਸਤੇਮਾਲ ਕਰਾਇਆ ਜਾਵੇ ਤਾਂ ਉਹ ਵੀ ਇਨਸ਼ਾਅੱਲਾ ਠੀਕ ਹੋ ਜਾਂਦਾ ਹੈ ਔਰ ਇਸ ਤੋਂ ਇਲਾਵਾ ਅਗਰ ਬਵਾਸੀਰ ਦੀ ਵਜ੍ਹਾ ਦੇ ਨਾਲ ਵੀ ਖੂਨ ਆਉਂਦਾ ਹੋਵੇ ਤਾਂ ਉਹ ਵੀ ਇਸ ਦੇ ਨਾਲ ਬਹੁਤ ਬਿਹਤਰ ਹੋ ਜਾਂਦਾ ਹੈ ਯਾਨੀ ਕਿ ਅਗਰ ਔਰਤਾਂ ਦੀ ਬਿਮਾਰੀ ਲਕੋਰੀਏ ਦੀ ਹੁੰਦੀ ਹੈ ਉਸ ਦੇ ਵਿੱਚ ਵੀ ਇਸ ਨੂੰ ਇਸਤੇਮਾਲ ਕਰਵਾਇਆ ਜਾਵੇ ਤਾਂ ਇਹ ਬੜੀ ਹੀ ਅੱਛੀ ਅਤੇ ਬੜੀ ਜ਼ਬਰਦਸਤ ਯਾਨੀ ਕਿ ਫਾਇਦੇ ਰੱਖਦਾ ਹੈ ਬਹੁਤ ਹੀ ਆਲਾ ਚੀਜ਼ ਹੈ ਬੜੀ ਹੀ ਅੱਛੀ ਚੀਜ਼ ਹੈ ਔਰ ਇਸ ਚੀਜ਼ ਤੋਂ ਤੁਹਾਨੂੰ ਅਸੀਂ ਜਿਹੜੀ ਇੱਕ ਕੁਸ਼ਤਾ ਬਣਾਉਣ ਦੀ ਵੀਡੀਓ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਸਦੀ ਮੈਂ ਦੁਬਾਰਾ ਦਿਖਾਵਾਂਗਾ
ਕਿਉਂਕਿ ਇਹ ਜਿਹੜੀ ਇਹ ਪਾਰਟ 1 ਹੈਗੀ ਹੈ ਔਰ ਇਸ ਤੋਂ ਅੱਗੇ ਜਿਹੜੀ ਮੈਂ ਦਿਖਾਵਾਂਗਾ ਇਹਦੀ ਸਦਮ ਮਰਵਾ ਰਹੀ ਸੀ ਉਹ ਪਾਰਟ 2 ਦੇ ਵਿੱਚ ਦਿਖਾਵਾਂਗੇ ਔਰ ਇਨਸ਼ਾਅੱਲਾ ਇਨਸ਼ਾਅੱਲਾ ਬਹੁਤ ਹੀ ਅੱਛੀ ਅਤੇ ਬੜੀ ਆਲਾ ਅਤੇ ਬੜੀ ਜ਼ਬਰਦਸਤ ਕਿਸਮ ਦੀ ਚੀਜ਼ ਬਣੇਗੀ ਅਤੇ ਇਨਸ਼ਾਅੱਲਾ ਉਮੀਦ ਹੈ ਇਨਸ਼ਾਅੱਲਾ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਈ ਹੋਵੇਗੀ ਇਹਨੂੰ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ ਇਜਾਜ਼ਤ ਅੱਲਾ ਹਾਫਿਜ਼ ਅਸਲਾਮੁ ਅਲੈਕੁਮ ਵਰਹਮਤੁਲਲਾਹ ਵਬਰਕਾਤੁਹੂ